चित भय बंधन टूटे। गुरुचरण लोग हम बिनवता, गुरुचरण लोग हम बिनवता, पूछत कवन काज जग उपजे इनसे, कवन काज जग उपजे इनसे, कहो मोहे समझा मालिश। एक सवाल खड़ा होया है, ए सतगुरु तेरे को उस सवाल का जवाब जानना शंका पैदा होया है। उस शंके की नवीनती जानना जवाब मिल जाए, मनुख की शंके की निवृत्ति हो जाती। कह लगे मैं जिस संसार विच आया, जिस दुनिया विच रहना ते मेरा रहना नहीं, जिस दुनिया का मैं भी हिस्सा, जो कुछ इस संसार विच बीत रही है वो मेरे ते भी बीत रही है, बीतेगी, क्योंकि मैं इस संसार का, इस दुनिया का वसनीका। तो संसार की कहानी बिल्कुल इको जी है, जेड़ा भी इत्थे रहिंदा है आउंदा है वो उस कहानी का पात्र बन के आता है, बशर्ते कि वह संसारी हो गए। बाबा कबीर जी का एक शब्द आया सी, जेड़ा मैं संसार देख रहा जिंदा मैं भी भाई वाला, जिस संसार का मैं भी हिस्सा, मैं इत की देख रहा। इस संसार की कहानी तो इस किस्म की इतने कोई भी हमेशा नहीं रहता। संसार की अंदर आने वाला कोई जीव ही नहीं, इतों की हर वस्तु, दरखत पैदा होंगे समय नाल मुंडो पुट दिते जाते हैं जा कट दिते जाते, लकड़ी कम आ जा उनका कुछ बना दिता जाता है जा जला दिता जाता है। हर बीज उगदा है उग के पौधा बनता है, मुड़ के पराल होके रह जाता है, विचों अनाज कढ़ लिया जाता है, बाकी पराली रह जाती है, जला दिती जाती है। अनाज कढ़ के भी कोई हमेशा नहीं रहिंदा, उहदा भोजन बन जाता है, भोजन छक लिया जाता है, ते कोठी जाई सुटिया किसे लगा दुख वांगू विष्टा बन जाता है। संसार की हर एक वस्तु का एंड की है, अंत की है। हां उनका
ਲਹਿਲਹਾਂ ਦੇ ਖੇਤ ਹੁੰਦੇ ਨੇ, ਬੜੇ ਸੋਹਣੇ ਲੱਗਦੇ ਨੇ, ਕਿਸਾਨ ਵੀ ਖੁਸ਼ ਹੁੰਦਾ। ਜਦੋਂ ਬੱਚਾ ਜਨਮ ਲੈਂਦਾ ਉਦੋਂ ਹਰ ਇੱਕ ਨੂੰ ਬੜਾ ਚੰਗਾ ਲੱਗਦਾ, ਲਾਡ ਲਡਾਉਂਦੇ ਨੇ, ਆਪਣਾ ਆਪਣਾ ਮੇਰਾ ਮੇਰਾ ਆਖ ਕੇ ਸੰਭਾਲਦੇ ਨੇ। ਗੁਰੂ ਨੇ ਵੀ ਬਾਣੀ ਵਿੱਚ ਆਖਿਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ, ਬੜਾ ਚੰਗਾ ਹੋਇਆ ਮੇਰੇ ਸਾਡੇ ਘਰ ਪੁੱਤਰ। ਪਰ ਉਹ ਜਨਮ ਦਾ ਖੂਬਸੂਰਤੀ ਦਾ ਪ੍ਰਤੀਕ ਸੀ। ਜਦੋਂ ਆਹਿਸਤਾ ਆਹਿਸਤਾ ਉਹ ਬੁੱਢਾ ਹੋ ਗਿਆ, ਹੁਣ ਉਹਨੂੰ ਕੌਣ ਸੰਭਾਲੇ? ਫਿਰ ਉਸਦੀ ਮੌਤ ਦੇ ਦਿਨ ਵੀ ਗਿਣੇ ਜਾਣ ਲੱਗ ਪਏ, ਮਰ ਗਿਆ। ਉਹਦੀ ਲਾਸ਼ ਨੂੰ ਸੰਭਾਲਣ ਲਈ ਉਪਰਾਲੇ ਹੋਣ ਲੱਗ ਪਏ, ਆਖਰ ਅਗਨ ਵਿੱਚ ਚੜਾ ਦਿੱਤਾ ਗਿਆ, ਠੰਡੀ ਤਾਪਤੀ ਮਿੱਟੀ ਖਾਈ, ਕਿਸੇ ਨੇ ਪਾਣੀ ਵਿੱਚ ਰੋੜ ਦਿੱਤਾ, ਕਿਸੇ ਨੇ ਅੱਗ ਵਿੱਚ ਜਲਾ ਦਿੱਤਾ, ਕਿਸੇ ਨੇ ਕਬਰ ਵਿੱਚ ਦਫਨਾ ਦਿੱਤਾ। ਰੱਬ ਕਿੰਨਾ ਚਾਹਵਦਾ ਸੀ, ਕੰਡ ਕਿੰਨਾ ਉਦਾਸੀ ਦਾ ਤੇ ਰਮਣੀਕ ਹੋਇਆ, ਹਰ ਇੱਕ ਚੀਜ਼ ਦਾ, ਹਰ ਇੱਕ ਜੀਵ ਦਾ ਹੀ ਨਹੀਂ ਹਰ ਇੱਕ ਚੀਜ਼ ਦਾ। ਇਸੇ ਵੀ ਗੁਰੂ ਨੇ ਸੰਸਾਰ ਦੀ ਹਰ ਇੱਕ ਚੀਜ਼ ਨੂੰ ਸੰਬੋਧਨ ਕਰਕੇ ਇੱਕ ਲਫ਼ਜ਼ ਵਰਤ ਦਿੱਤਾ, ਦੁਨੀਆ ਦੀ ਜਿਹੜੀ ਚੀਜ਼ ਦਿਸਦੀ, ਕਿਉਂਕਿ ਸੰਸਾਰ ਦੇ ਮਤਲਬ ਹੀ ਦਿਸਣ ਵਾਲਾ ਸੰਸਾਰ ਉਹ ਬਿਲਸ ਜਾਣ ਵਾਲੇ, ਜੋ ਦਿਨ ਆਵੇ ਸੋ ਦਿਨ ਜਾਈ, ਜਿਹੜਾ ਦਿਨ ਆਇਆ ਉਸ ਦਿਨ ਮੈਂ ਚਲਾ ਜਾਣਾ। ਦਿਨ ਤੇ ਸੜ ਪਰ ਪੋਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ, ਜੋ ਜਨਮੇ ਸੋ ਜਨਮ ਹੋਆ। ਪੰਦਰਾਂ ਛੱਤੀ ਤੇ ਸੱਤ ਵਾਰ ਮਹਾਰੁੱਤੀ ਆਵੇ ਵਾਰ ਵਾਰ, ਦਿਨ ਸਰੈਣ ਤਿਵੇ ਸੰਸਾਰ। ਸੰਸਾਰ ਲਈ ਵੱਖ ਵੱਖ ਬੜੀਆਂ ਐਗਜ਼ਾਮਪਲ ਨੇ ਸਮਝਣ ਲਈ। ਸੰਸਾਰ ਕੀ ਹੈ? ਇੱਥੇ ਕੁਛ ਆਉਂਦਾ, ਕੁਛ ਤੁਰਿਆ ਜਾਂਦਾ। ਸੰਸਾਰ ਦੀ ਕਹਾਣੀ ਹੈ, ਹਰ ਅਟਕੀ ਮਾਲਾ ਜੈਸੇ ਟਿੰਡ ਲਗਤ ਹੈ, ਇੱਕ ਸੱਖਣੀ ਇੱਕ ਫੇਰ ਪ੍ਰੀਤ ਹੈ। ਜਿਵੇਂ ਹਲਟ ਦੀਆਂ ਖੂਹ ਦੀਆਂ ਟਿੰਡਾਂ ਹੁੰਦੀਆਂ ਨੇ, ਇੱਕ ਪਾਸੋਂ ਆਈ ਜਾਂਦੀਆਂ ਨੇ, ਦੂਜੇ ਪਾਸੇ ਤੁਰੀਆਂ ਜਾਂਦੀਆਂ ਨੇ। ਕਹਿੰਦੇ ਨੇ ਸੰਸਾਰ ਦੀ ਕਹਾਣੀ ਇੱਕ ਐਸੀ ਹੈ ਜਿਹਦੇ ਵਿੱਚ ਕੋਈ ਵੀ ਹਮੇਸ਼ਾ ਥਿਰ ਰਹਿਣ ਵਾਲਾ ਨਹੀਂ, ਨਾ ਕੋਈ ਵਸਤੂ ਨਾ ਕੋਈ ਜੀਵ। ਸਿਲਸਿਲਾ ਬਣਿਆ ਹੋਇਆ, ਕੋਈ ਆ ਰਿਹਾ ਕੋਈ ਜਾ ਰਿਹਾ, ਆਉਣ ਵਾਲੇ ਨੂੰ ਅਸੀਂ ਜਨਮ ਆਖਦੇ ਹਾਂ, ਜਾਣ ਵਾਲੇ ਨੂੰ ਮਰਨ ਆਖਦੇ। ਬਾਕੀ ਜਿੰਨੀਆਂ ਕਹਾਣੀਆਂ ਨੇ ਉਹ ਜਨਮ ਮਰਨ ਦੇ ਨਾਲ ਸੰਬੰਧਿਤ ਕਰ ਦਿੱਤੀਆਂ ਗਈਆਂ ਨੇ। ਇਸ ਜਨਮ ਤੇ ਮਰਨ ਦੇ ਦਰਮਿਆਨ ਦਾ ਜਿਹੜਾ ਜੀਵਨ ਹੈ, ਉਹਦੇ ਨਾਲ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਉਹਦੇ ਨਾਲ ਹੀ ਮਾਇਆ ਦੇ ਬੰਧਨ ਨੇ, ਉਹਦੇ ਨਾਲ ਹੀ ਬਾਕੀ ਦੇ ਜਿੰਨੇ ਮਕਾਨ ਬਣਾਉਣੇ, ਸੁੱਖਾਂ ਦੇ ਸਮਾਨ ਬਣਾਉਣੇ, ਕੱਪੜੇ ਸਿਲਾਣੇ, ਭੋਜਨ ਬਣਾ, ਇਹ ਸਾਰਾ ਕੁਝ ਜਨਮ ਮਰਨ ਦੇ ਦਰਮਿਆਨ ਦੀ ਇੱਕ ਕਹਾਣੀ ਹੈ। ਕਿਉਂਕਿ ਜਨਮ ਤੋਂ ਬਾਅਦ ਖਾਣ ਲਈ ਕੁਝ ਚਾਹੀਦਾ, ਪਹਿਨਣ ਲਈ ਚਾਹੀਦਾ, ਖੇਡਣ ਲਈ ਕੁਝ ਚਾਹੀਦਾ, ਰਿਸ਼ਤੇਦਾਰ ਕੋਈ ਮਿਲਣ ਲਈ ਚਾਹੀਦਾ, ਤੇ ਜਿਸ ਦਿਨ ਮੌਤ ਹੋ ਜਾਣੀ ਹੈ, ਮਰ ਜਾਣਾ, ਉਸ ਦਿਨ ਨਾ ਖਾਣ ਲਈ ਕੁਝ ਚਾਹੀਦਾ, ਨਾ ਪਹਿਨਣ ਲਈ ਕੁਝ ਚਾਹੀਦਾ, ਨਾ ਕਿਸੇ ਰਿਸ਼ਤੇਦਾਰ ਦੀ ਬਾਕੀ ਪਛਾਣ ਰਹਿ ਜਾ। ਭਾਵ ਇਹ ਸਾਰਾ ਕੁਝ ਜੋ ਕੁਝ ਅਡੰਬਰ ਹੈ ਉਹ ਜਨਮ ਤੇ ਮਰਨ ਦੇ ਦਰਮਿਆਨ ਵਿੱਚ ਹੈ। ਤੇ ਸੰਸਾਰ ਕੀ ਹੈ? ਜਨਮ ਤੇ ਮਰਨ ਦਾ ਇੱਕ ਸਿਲਸਿਲਾ। ਬੜਾ ਖੂਬਸੂਰਤ ਸੀ ਬਾਬਾ ਕਬੀਰ ਜੀ ਦਾ ਪਹਿਲਾ ਹੀ ਸ਼ਬਦ, ਬੜਾ ਖੂਬਸੂਰਤ ਬੁਝਾਰਤ ਨੂੰ ਪੜ੍ਹ ਹੈ ਰਾਗਾਸਾ ਵਿੱਚ। ਕਹਿਣ ਲੱਗੇ ਹੈ ਕਿ ਸੰਸਾਰ ਜਨਮ ਤੇ ਮਰਨ ਦੀ ਇੱਕ ਕਹਾਣੀ,
ਉਸ ਕਹਾਣੀ ਦੇ ਵਿੱਚ ਹੀ ਸਾਰਾ ਕੁਝ, ਜਿੰਨਾ ਪਦਾਰਥਵਾਦ, ਜਿੰਨਾ ਕੁਝ ਸੰਸਾਰ ਦਾ ਵਿਕਾਰਵਾਦ, ਜਿੰਨਾ ਹੀ ਸੰਸਾਰ ਦਾ ਯਥਾਰਥਵਾਦ, ਸਾਰਾ ਕੁਝ ਉੱਥੇ ਹੀ ਖੜਾ ਹੈ। ਹੁਣ ਬਾਬਾ ਕਬੀਰ ਜੀ ਇੱਕ ਖਿਆਲ ਦਿੰਦੇ ਨੇ, ਸਵਾਲ ਖੜਾ ਕਰਦੇ, ਕਹਿੰਦੇ ਨੇ ਇਸ ਮੈਂ ਸੰਸਾਰ ਵਿੱਚ ਆਇਆ ਤੇ ਇਹ ਤਾਂ ਆਵਣ ਜਾਣ ਦਾ ਜਿੰਨਾ ਸਿਲਸਿਲਾ, ਇਹਦੇ ਬਾਰੇ ਕੁਛ ਜਾਣਨਾ ਚਾਹੁੰਦਾ। ਆਇਆ ਕਿਉਂ, ਜਾਣਾ ਕਿਵੇਂ, ਤੇ ਇਹ ਜਿੰਨਾ ਜਨਮ ਤੇ ਮਰਨ ਦੇ ਦਰਮਿਆਨ ਦਾ ਅਡੰਬਰ ਹੈ, ਇਹਦੇ ਵਿੱਚ ਭੈ ਹੈ, ਬੰਧਨ ਹੈ, ਰੋਗ ਦਾ ਭੈ ਹੈ, ਬੁਢੇਪੇ ਦਾ ਭੈ ਹੈ, ਮੌਤ ਦਾ ਭੈ ਹੈ, ਤੇ ਐਸੀਆਂ ਵਸਤੂਆਂ ਨੇ, ਐਸੇ ਅਡੰਬਰ ਨੇ, ਸਾਧਨ ਨੇ, ਜਿਨ੍ਹਾਂ ਦੇ ਨਾਲ ਮਨੁੱਖ ਬੱਝ ਚੁੱਕਾ, ਛੱਡ ਨਹੀਂ ਸਕਦਾ ਉਹ ਬੰਧਨ ਨੇ, ਭਾਵੇਂ ਉਹ ਪੁੱਤਰ ਹੈ, ਭਾਵੇਂ ਉਹ ਧੀ ਹੈ, ਭਾਵੇਂ ਘਰ ਮਕਾਨ ਹੈ, ਭਾਵੇਂ ਕਾਰੋਬਾਰ ਹੈ, ਜਿਹਦੇ ਨਾਲ ਮਨੁੱਖ ਜੁੜ ਗਿਆ। ਕਈ ਵਾਰ ਪਰੇਸ਼ਾਨ ਵੀ ਹੁੰਦਾ ਪਰ ਤਿਆਰ ਨਹੀਂ ਸਕਦਾ। ਤਾਂ ਇਹ ਸਾਰਾ ਕੁਝ ਜਿਹੜਾ ਦੁੱਖਾਂ ਕਰਕੇ ਦੁੱਖ ਦਾ ਸਾਧਨ ਹੈ, ਤੇ ਇਹਦੇ ਨਾਲ ਹੀ ਕਰਮ ਜੁੜਿਆ ਹੋਇਆ, ਕਿਉਂਕਿ ਕਰਮ ਕਰਕੇ ਹੀ ਸਭ ਕੁਝ ਪੈਦਾ ਹੋਇਆ, ਕਰਮ ਕਰਕੇ ਹੀ ਰੱਬ ਨੇ ਪ੍ਰਾਪਤੀ ਹੋਣੀ ਹੈ, ਕਰਮ ਕਰਕੇ ਹੀ ਸੰਸਾਰ ਪਦਾਰਥ ਦੀ ਪ੍ਰਾਪਤੀ ਹੋਣੀ ਹੈ, ਇਹਦੇ ਵਿੱਚ ਹੀ ਰੱਬ ਦੀ ਪ੍ਰਾਪਤੀ ਹੋ ਜਾਏ ਸੁੱਖ ਹੈ, ਜੇ ਕਰਮ ਕਰਕੇ ਪਦਾਰਥਵਾਦ ਵਿੱਚ ਜੁੜ ਜਾਏ ਤਾਂ ਦੁੱਖ ਹੈ, ਕਿਉਂਕਿ ਪਦਾਰਥ ਨੇ ਹਮੇਸ਼ਾ ਨਹੀਂ ਰਹਿਣਾ, ਪਰਮਾਰਥ ਨੇ ਹਮੇਸ਼ਾ ਰਹਿਣਾ, ਜਿਹੜੀ ਚੀਜ਼ ਕੋਲ ਨਾ ਰਹੇ ਹਮੇਸ਼ਾ ਦੁੱਖ ਉਸੇ ਦਾ ਹੁੰਦਾ। ਬਹੁਤ ਦਿਨ ਹੋਈ ਸਵਾਮੀ ਪਰਮਾਨੰਦ ਦੀ ਇੱਕ ਲਾਈਨ ਸਾਂਝੀ ਕੀਤੀ ਸੀ, ਉਹਨੇ ਕਿਹਾ ਜੋ ਚਾਹਤਾ ਹੈ ਵੋ ਹੋਤਾ ਨਹੀਂ, ਮਨੁੱਖ ਦੁਖੀ ਕਿਉਂ ਹੈ, ਜੋ ਚਾਹਤਾ ਹੈ ਵੋ ਹੋਤਾ ਨਹੀਂ, ਜੋ ਹੋਤਾ ਹੈ ਵੋ ਪਾਤਾ ਨਹੀਂ, ਜੋ ਪਾਤਾ ਹੈ ਵੋ ਰਹਤਾ ਨਹੀਂ, ਜੋ ਮਨੁੱਖ ਚਾਹੁੰਦਾ ਉਹ ਕਈ ਵਾਰ ਹੁੰਦਾ ਨਹੀਂ, ਇਸ ਲਈ ਦੁਖੀ ਹੋ ਰਿਹਾ, ਤੇ ਜੋ ਚੀਜ਼ ਹੋ ਜਾਏ ਉਹ ਚੰਗੀ ਨਹੀਂ ਲੱਗਦੀ, ਕਈ ਵਾਰ ਇਸ ਲਈ ਦੁਖੀ ਹੁੰਦਾ, ਤੇ ਜਿਹੜੀ ਇਹਨੂੰ ਚੰਗੀ ਲੱਗ ਜਾਏ ਉਹ ਹਮੇਸ਼ਾ ਕੋਲ ਨਹੀਂ ਰਹਿੰਦੀ, ਖੁਸ ਜਾਂਦੀ ਹੈ, ਵਿਛੜ ਜਾਂਦੀ ਹੈ, ਇਸ ਲਈ ਦੁਖੀ ਹੋ ਰਹੀ ਹੈ, ਐਸਾ ਦੁੱਖ ਹੀ ਨਾ, ਐਸਾ ਦੁੱਖ, ਜੇ ਕੁਝ ਮਿਲ ਜਾਏ ਤਦ ਵੀ ਦੁੱਖ, ਜੇ ਕੁਝ ਵਿਛੜ ਜਾਏ ਤਦ ਵੀ ਦੁੱਖ। ਕਹਿਣ ਲੱਗੇ ਇਸ ਲਈ ਜੇ ਸੰਸਾਰ ਦੀ ਕਹਾਣੀ ਦੁੱਖ ਦੀ ਹੈ ਤੇ ਹੈ ਕਰਮ ਕਰਕੇ, ਕਰਮ ਬੰਧਨ ਹੈ, ਮਨੁੱਖ ਨੇ ਉਸ ਅਵਸਥਾ ਤੇ ਪਹੁੰਚਣਾ ਜਿੱਥੇ ਕਰਮ ਬੰਧਨ ਖਤਮ ਹੋਵੇ। ਕਰਮ ਤੋਂ ਸਾਰੀ ਚੀਜ਼ ਦੀ ਉਤਪਤੀ ਹੈ, ਪਰ ਕਰਮ ਬੰਧਨ ਹੀ ਦੁੱਖ ਦਾ ਕਾਰਨ ਹੈ, ਇਸ ਲਈ ਇਹਦੇ ਤੋਂ ਬਾਹਰ ਨਿਕਲਣਾ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਫੈਸਲਾ ਕਰ ਦਿੱਤਾ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਲੋੜ ਕਿਉਂ ਹੈ, ਗਿਆਨੇ ਕਾਰਨ ਕਰਮ ਅਭਿਆਸ, ਪਰ ਜਿਸ ਦਿਨ ਗਿਆਨ ਹੋ ਗਿਆ ਉਸ ਦਿਨ ਕਰਮ ਦਾ ਨਾਸ ਪਹਿਲਾਂ ਹੋਏਗਾ, ਕਿਉਂਕਿ ਸਾਰੇ ਦੁੱਖ ਵੀ ਹੁੰਦੇ ਇਸ ਵਿੱਚ ਹੀ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਭਇਆ ਕੁਕਰ ਵਿਨਾਸ। ਹੁਣ ਬਾਬਾ ਕਬੀਰ ਗੁਰੂ ਕੋਲ ਆ ਕੇ ਇੱਕ ਸਵਾਲ ਕਰਦੇ ਕਿ ਮੈਨੂੰ ਸਮਝਾ ਦਿਓ, ਸੰਸਾਰ ਦੇ ਇਸ ਬੰਧਨ ਰੂਪ ਤੇ ਨਾਸ਼ਵੰਤ ਸੰਸਾਰ ਵਿੱਚ ਜੇ ਮੈਂ ਇਸ ਦੁੱਖ ਰੂਪੀ ਕਰਮਾਂ ਤੋਂ ਨਿਉਟਨ ਹੋ ਕੇ ਸੁੱਖ ਚਾਹਾਂ ਤਾਂ ਕਿਵੇਂ ਹੋਵੇ, ਜਿੱਥੇ ਆ ਕੇ ਜਨਮ ਮਰਨ ਦਾ ਭੈ ਖਤਮ ਹੋ ਜਾਏ। ਕਹਿਣ ਲੱਗੇ ਬੈਠ ਕੇ ਮੈਂ ਇੱਕ ਬੇਨਤੀ ਕੀਤੀ, ਗੁਰ ਚਰਨ ਲਾਗ ਹਮ ਬਿਨਵਤਾ, ਗੁਰੂ ਦੇ ਚਰਨਾਂ ਕੋਲ ਬੈਠ ਕੇ ਬੇਨਤੀ ਕੀਤੀ, ਪੁੱਛਿਆ ਕਿ ਸੰਸਾਰ ਵਿੱਚ ਮਨੁੱਖ ਨੇ ਕਿਉਂ ਜਨਮ ਲਿਆ, ਜ਼ਰੂਰੀ ਜਿਹਾ ਸਵਾਲ ਕੀਤਾ ਗੁਰੂ ਤੇ। ਫਿਰ ਉਸ ਸੰਸਾਰ ਵਿੱਚ ਜਿੱਥੇ ਹਰ ਕੋਈ ਚੀਜ਼ ਜਨਮ ਤੇ ਮਰਨ ਦੇ ਚੱਕਰ ਵਿੱਚ ਪਈ ਹੋਈ ਹੈ, ਮੈਂ ਵੀ ਪੈ ਗਿਆ,
ਜਿਹੜਾ ਸੰਸਾਰ ਪੈਦਾ ਹੁੰਦਾ ਮਰ ਜਾਂਦਾ, ਪੈਦਾ ਹੁੰਦਾ ਮਰ ਜਾਂਦਾ, ਆਉਂਦਾ ਚਲਾ ਜਾਂਦਾ, ਸਥਿਰ ਨਹੀਂ, ਸਥਿਰ ਰਹਿਣ ਵਾਲਾ ਨਹੀਂ। ਸੰਸਾਰ ਕਿਵੇਂ ਪੈਦਾ ਹੋਇਆ, ਇਹ ਬਿਨਸਦਾ ਕਿਉਂ, ਜਨਮਦਾ ਮਰਦਾ, ਇਹਦਾ ਜਨਮ ਆਉਣ ਜਾਣ ਦਾ ਚੱਕਰ ਕਿਉਂ ਪਿਆ ਹੋਇਆ, ਇਹ ਖਤਮ ਕਿਉਂ ਨਹੀਂ ਹੁੰਦਾ, ਕਿਉਂਕਿ ਸਭ ਤੋਂ ਵੱਡਾ ਭੈ ਹੀ ਇਹੋ ਹੈ, ਬਾਕੀ ਤਾਂ ਬੰਦਰ ਹੈ। ਸਭ ਤੋਂ ਵੱਡਾ ਭੈ ਇਹ ਹੈ, ਇਸੇ ਲਈ ਗੁਰੂ ਨੇ ਆਖ ਦਿੱਤਾ ਸਗਲਿਆ ਭਾਗੋ ਲਿਖਿਆ ਸਿਰਲੇਖ, ਸਾਰੀ ਦੁਨੀਆਂ ਦਾ ਹਰ ਜੀਵ ਹਰ ਇੱਕ ਵਸਤੂ ਕਿਸੇ ਨਾ ਕਿਸੇ ਦੇ ਡਰ ਵਿੱਚ ਭੈ ਵਿੱਚ ਹੈ, ਕਿਉਂਕਿ ਉਹਨੇ ਖਤਮ ਹੋਣਾ, ਸਭ ਤੋਂ ਵੱਡਾ ਭੈ ਬਿਨਾਂ ਖਤਮ ਹੋਣਾ, ਜਵਾਨੀ ਨੂੰ ਭੈ ਬੁਢੇਪੇ ਦਾ, ਬੁਢੇਪੇ ਨੂੰ ਭੈ ਮੌਤ ਦਾ, ਭੈ ਬਣੇ ਹੋਏ। ਇੱਕ ਰੱਬ ਹੀ ਹੈ ਜਿਹੜਾ ਨਾ ਬੁੱਢਾ ਹੁੰਦਾ ਨਾ ਮਰਦਾ, ਇਸ ਲਈ ਉਹ ਭੈ ਕੋ ਨਹੀਂ, ਨਾਨਕ ਨਿਰਭਉ ਨਿਰੰਕਾਰ ਸੱਚ ਇਹ ਸੰਸਾਰ ਦੀ ਕਹਾਣੀ ਸਮਝਣਾ ਚਾਹਣਾ, ਕਿਉਂਕਿ ਮੈਂ ਦੁਨੀਆਂ ਦਾ ਹਿੱਸਾ ਕਹਿਣ ਲੱਗੀ। ਭੈ ਜਿਹੜਾ ਉਹ ਤੇ ਜਨਮ ਦੇ ਨਾਲ ਹੀ ਸ਼ੁਰੂ ਹੋ ਗਿਆ, ਕਿਉਂਕਿ ਮਰਨ ਵਾਲੇ ਪਾਸੇ ਤੁਰ ਪਿਆ। ਜਿਸ ਦਿਨ ਜਨਮ ਸ਼ੁਰੂ ਹੋਇਆ, ਜਨਮ ਲਿਆ, ਉਸ ਦਿਨ ਤੋਂ ਬਾਅਦ ਹਰ ਇੱਕ ਪਲ ਮੌਤ ਦੇ ਨੇੜੇ ਲਿਜਾ ਰਿਹਾ ਹੈ। ਬਾਬਾ ਕਬੀਰ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਆਇਆ ਸੀ ਜਿਹਦੇ ਵਿੱਚ ਇਹ ਲਫ਼ਜ਼ ਸਨ ਕਿ ਜਨਨੀ ਜਾਣਤ ਸੁਤ ਬੜਾ ਹੋਤ ਹੈ। ਜਿਸ ਦਿਨ ਪੁੱਤਰ ਜੰਮਦਾ ਮਾਸ ਦਿਨ ਗਿਣਦੀ ਹੈ ਵੱਡਾ ਹੋਏਗਾ, ਵੱਡਾ ਹੋਏਗਾ, ਪਰ ਇਹ ਨਹੀਂ ਸਮਝਦੀ ਵੀ ਇਹ ਜਿੰਨਾ ਵੱਡਾ ਹੋ ਰਿਹਾ ਉਹਨਾਂ ਛੋਟਾ ਵੀ ਹੋ ਰਿਹਾ, ਕਿਉਂਕਿ ਇਹਦੇ ਜੀਵਨ ਦੇ ਸਾਰੇ ਖਜ਼ਾਨੇ ਵਿੱਚੋਂ ਹਰ ਆਇਆ ਹੋਇਆ ਦਿਨ ਨਿਕਲ ਰਹੇ ਉਹ ਛੋਟਾ ਹੋ ਰਿਹਾ, ਉਹਨੂੰ ਛੋਟੀ ਹੋ ਗਈ। ਜਨਮੀ ਜਾਣੇ ਤਾਂ ਸੁੱਖ ਬੜਾ ਹੋਤਾ ਹੈ, ਇਤਨਾ ਕਿੰਨਾ ਜਾਣਨੇ ਕਿ ਦਿਨ ਦਿਨ ਉਹ ਘਟਦਾ ਹੈ। ਮੌਤ ਦਾ ਡਰ ਤੇ ਉਸੇ ਦਿਨ ਸ਼ੁਰੂ ਹੋ ਗਿਆ ਜਿਸ ਦਿਨ ਜਨਮ ਲਿਆ, ਆਉਣ ਵਾਲਾ ਹਰ ਇੱਕ ਪਲ ਉਹਦੀ ਉਮਰ ਵਿੱਚੋਂ ਘਟਦਾ ਗਿਆ, ਮੌਤ ਨੇੜੇ ਆਉਂਦੀ ਗਈ, ਮੈਂ ਤਾਂ ਉਸੇ ਦਿਨ ਸ਼ੁਰੂ ਹੋ ਗਿਆ। ਕਹਿਣ ਲੱਗੇ ਇਸ ਲਈ ਮੈਂ ਚਾਹੁੰਦਾ ਮੇਰਾ ਭੈ ਤੇ ਬੰਧਨ ਕਰਮ ਬੰਧਨ ਜਿਹੜਾ ਦੋਨੋਂ ਚੀਜ਼ਾਂ ਖਤਮ ਹੋ ਜਾਣ। ਜਨਮ ਮਰਨ ਦਾ ਭੈ ਤੇ ਕਰਮ ਦਾ ਬੰਧਨ, ਇਹ ਦੋਨੋਂ ਦੁੱਖ ਨੇ। ਇਹ ਸੁੱਖ ਉਸ ਦਿਨ ਹੈ ਜਿਸ ਦਿਨ ਇਹ ਜੀਵ ਜਨਮ ਮਰਨ ਦੇ ਗੇੜ ਤੋਂ ਬਾਹਰ ਨਿਕਲ ਜਾਂਦਾ। ਜਨਮ ਮਰਨ ਦੁੱਖ ਫੇਰ ਕਰਮ ਸੁੱਖ ਜੀ ਜਨਮ ਤੇ ਛੁੱਟੇ ਜਵਾਬ ਹੈ। ਮਾਇਆ ਫਸ ਬੰਦ ਨਹੀਂ ਫਾਰੇ,
ਮਾਇਆ ਦੀ ਫਾਈ ਕੱਟ ਕੇ ਉਹਦੇ ਬੰਧਨਾਂ ਵਿੱਚ ਪਿਆ ਹੋਇਆ। ਜਿੰਨਾ ਵੀ ਅਡੰਬਰ ਹੈ ਜੀਵਨ ਦਾ ਸਾਰਾ ਹੀ ਬੰਧਨ ਹੈ, ਕਿਉਂਕਿ ਜਿਹੜੀ ਚੀਜ਼ ਇਹ ਬਣਾਉਂਦਾ ਹੈ ਇਸੇ ਲਈ ਬਣਾਉਂਦਾ ਨਾ, ਉਹਦੀ ਇਹਨੂੰ ਲੋੜ ਪ੍ਰਤੀਤ ਹੁੰਦੀ ਹੈ, ਤੇ ਜਿਹਦੀ ਲੋੜ ਪ੍ਰਤੀਤ ਹੁੰਦੀ ਬਣਾਏ ਫਿਰ ਉਹਦੇ 'ਚ ਰਹਿਣਾ ਵੀ ਚਾਹੁੰਦਾ। ਡਰ ਇਹਨੂੰ ਇਹ ਹੈ ਕਿ ਕਿਤੇ ਇਹ ਹੱਥੋਂ ਚਲੀ ਨਾ ਜਾਏ। ਪੁਰਾਣੀ ਇੱਕ ਲਫ਼ਜ਼ ਆਇਆ ਸਰ ਕਿ ਜਗਦਾ ਦੀ ਵੇਲੇ ਉਹੀ ਤਾਂ ਅੰਧੇਰੀ ਦਾ ਡਰ ਹੈ, ਡਰ ਹੈ ਜੇ ਡਰ ਹੈ ਕਿਸੇ ਹਵਾ ਦੇ ਬੁੱਲੇ ਦਾ ਤਾਂ ਜਗਦੇ ਦੀ ਵੇਲੇ ਬੁੱਝੇ ਨੂੰ ਕੋਈ ਨਹੀਂ। ਦੱਸ ਕੀਤੀ ਸੀ ਜਿਉਂ ਜਿਉਂ ਮਨੁੱਖ ਅਮੀਰ ਹੁੰਦਾ ਜਾਂਦਾ ਹੈ ਤਿਉਂ ਤਿਉਂ ਸਿਕਿਉਰਟੀ ਦੀ ਲੋੜ ਹੈ, ਗਰੀਬ ਤਾਂ ਕੱਖਾਂ ਦੀ ਕੁੱਲੀ ਵਿੱਚ ਜਾਂਦਾ, ਖਿੜਕ ਵੀ ਕੋਈ ਨਹੀਂ ਉੱਥੇ ਸੁੱਤਾ ਹੈ, ਉਹਦੇ ਕੋਲ ਤਾਂ ਕੋਈ ਸਿਕਿਉਰਟੀ ਨਹੀਂ। ਸਿਕਿਉਰਟੀ ਵਾਲਾ ਰੱਖਿਆ ਕਿ ਦਰਵਾਜ਼ੇ ਤੇ ਪਹਿਰੇਦਾਰ ਬੰਦੂਕ ਲੈ ਕੇ ਖੜਾ ਤੇ ਕਿਸੇ ਅਮੀਰ ਨੇ ਖੜਾ, ਗਰੀਬ ਤੇ ਬਿਲਕੁਲ ਨਹੀਂ। ਗਰੀਬ ਨੂੰ ਕਾਹਦਾ ਡਰ ਹੈ, ਉਹਦੇ ਕੋਲ ਹੀ ਕੁਝ ਕੀ ਲੁੱਟਿਆ ਜਾਣਾ। ਅਮੀਰ ਨੂੰ ਡਰ ਹੈ। ਇਸ ਲਈ ਖਿਆਲ ਕਰੋ ਜਿੰਨਾ ਜਿੰਨਾ ਅਡੰਬਰ ਵੱਧ ਰਿਹਾ ਹੈ ਓਨਾ ਓਨਾ ਹੀ ਬੰਧਨ ਵੱਧ ਰਿਹਾ ਹੈ। ਹੁਣ ਕੋਈ ਬਿਲ ਨਾ ਆਉਣਾ ਹੋਵੇ ਉਹ ਆਜ਼ਾਦੀ ਨਾਲ ਮਿਲਣ ਦੀ ਸਕਤ, ਤੁਸੀਂ ਵੀ ਬਾਹਰ ਜਾਣਾ ਹੋਵੇ ਆਜ਼ਾਦੀ ਨਾਲ ਜਾ ਸਿਕਿਉਰਟੀ ਵਾਲੀ, ਕਈ ਵਾਰੀ ਤਾਂ ਇੰਨੀ ਮਜਬੂਰੀ ਹੁੰਦੀ ਹੈ ਤੁਹਾਡੀ ਕਿਤੇ ਜਾਣਾ ਚਾਹੁੰਦੇ ਹੋ ਸਿਕਿਉਰਟੀ ਤੁਹਾਨੂੰ ਇਜਾਜ਼ਤ ਨਹੀਂ ਦਿੰਦੀ, ਕਹਿੰਦੀ ਸਾਡੀ ਜ਼ਿੰਮੇਵਾਰੀ ਜ਼ਿਆਦਾ ਬੰਦੇ ਦਾ। ਗੁਰੂ ਕਹਿਣ ਲੱਗੇ ਮੈਂ ਦੇਖਦਾ ਕਿ ਇਹ ਸੰਸਾਰ ਇੱਕ ਬੰਧਨ ਬਣ ਗਿਆ ਤੇ ਬਣਿਆ ਕਿਉਂਕਿ ਮਾਇਆ ਦੀਆਂ ਫਾਹੀਆਂ ਵੱਧ ਗਈਆਂ। ਲੋੜੀਆਂ ਲੋੜਾਂ ਵਧਾ ਰਿਹਾ, ਅਡੰਬਰ ਵਧਾ ਰਿਹਾ, ਉਹ ਅਡੰਬਰ ਤੇ ਲੋੜਾਂ ਜਿਉਂ ਜਿਉਂ ਵੱਧਦੀਆਂ ਜਾਂਦੀਆਂ ਨੇ ਤਿਉਂ ਤਿਉਂ ਬੰਧਨ ਪਈ ਜਾਂਦੇ ਨੇ, ਥਾਈ ਵਿੱਚ ਫਸ ਰਹੇ। ਆਰ ਮਨ ਸੁਣ ਨਾ ਲੁਕੇ, ਸੁਣ ਦਾ ਕੀ ਅਰਥ ਹੈ ਅੱਗੇ ਆਪਾਂ ਕਈ ਵਾਰੀ ਕਰ ਚੁੱਕੇ, ਸੁਣ ਦਾ ਅਰਥ ਹੈ ਜ਼ੀਰੋ, ਸੁਣ ਸੁਣਾ ਅਵਸਥਾ, ਆ ਫੋਰ ਅਵਸਥਾ ਚ ਤੇ ਲੋੜ ਹੀ ਕੋਈ ਨਹੀਂ, ਜਿੱਥੇ ਲਾਲਸਾ ਹੀ ਕੋਈ ਨਹੀਂ, ਜਿੱਥੇ ਮੰਗ ਹੀ ਕੋਈ ਨਹੀਂ, ਤੇ ਜਿੱਥੇ ਮੰਗ ਕੋਈ ਨਹੀਂ, ਲਾਲਸਾ ਕੋਈ ਨਹੀਂ, ਲੋੜ ਕੋਈ ਨਹੀਂ, ਉੱਥੇ ਅਡੰਬਰ ਕੀ ਹੋਣਾ, ਉੱਥੇ ਅਡੰਬਰ ਨਹੀਂ ਹੋਣੀ। ਕਹਿਣ ਲੱਗੇ ਮਨੁੱਖ ਨੂੰ ਇੱਕ ਪਤਾ ਹੋਵੇ ਕਿ ਜੇ ਮੈਂ ਮਾਇਆ ਪਾਸ ਬੰਧ ਫਾੜਨਾ ਤਾਂ ਆਪਣੀਆਂ ਲੋੜਾਂ ਨੂੰ ਸੀਮਿਤ ਕਰਕੇ ਸੁਣ ਅਵਸਥਾ ਵਿੱਚ ਅਫੁੱਲ, ਜਿੱਥੇ ਲਾਲਸਾ ਕੋਈ ਨਹੀਂ ਉੱਥੇ ਜਾਣਾ, ਪਰ ਨਹੀਂ ਜਾ ਰਹੇ। ਕਹਿਣ ਲੱਗੇ ਅਫੁਰ ਅਵਸਥਾ ਦੇ ਘਰ ਵਿੱਚ ਨਹੀਂ ਆ ਗਿਆ। ਕਹਿਣ ਲੱਗੇ ਇਹਨੇ ਆਪਾ ਪਦ ਭਾਵ ਆਪਣਾ ਮੂਲ ਜੋ ਇਹ ਜਿੱਥੋਂ ਇਹ ਆਇਆ ਜਿਸ ਵਿੱਚ ਜਿਹੜਾ ਇਹਦੇ ਅੰਦਰ ਜੋਤ ਬਣ ਕੇ ਬੈਠਿਆ ਉਹਨੂੰ ਮੈਨੇ ਸੰਭਾਲਿਆ ਨਹੀਂ, ਆਪਣੀਆਂ ਆਦਤਾਂ ਛੱਡੀਆਂ ਨੇ, ਕਿਉਂਕਿ ਜਿੰਨਾ ਅਡੰਬਰ ਹੈ ਸਾਰਾ ਆਦਤਾਂ ਦੇ, ਜਿਹੜੀ ਚੀਜ਼ ਦੀ ਲੋੜ ਪ੍ਰਤੀਤ ਆਉਂਦੀ ਕਿਸੇ ਆਦਤ ਤੇ ਖੜੀ ਹੈ। ਕਹਿਣ ਲੱਗੇ ਆਪਾ ਪਦ ਨਿਰਮਾਣ, ਬਿਨਾਂ ਕਿਸੇ ਬਾਣ ਦੇ ਬਿਨਾਂ ਕਿਸੇ ਲਾਲਸਾ ਦੇ ਉਹ ਇਹਨੇ ਆਪਾ ਪਦ ਚੀਨਿਆ ਨੇ, ਆਪਾ ਪਦ ਨਿਰਮਾਣ ਨਾ ਚੀਨਿਆ। ਕਹਿਣ ਲੱਗੇ ਇਹਨ ਬਿੰਦ ਅਭਿਓ ਨਾ ਚੁੱਕੇ, ਬਸ ਇਹੋ ਕਾਰਨ ਹੈ ਇਹਦੇ ਤੇ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਮਾਇਆ ਦਾ ਅਸਰ ਤੇ ਹੈ, ਪਰ ਬਾਣੀ ਦਾ ਗੁਰਮਤ ਦਾ ਗੁਰੂ ਦੇ ਸਮਝਾਉਣ ਦਾ ਕੋਈ ਅਸਰ ਨਹੀਂ, ਇਹ ਅਭਿਓ ਹੋ ਗਿਆ। ਅਭਿਓ ਦਾ ਅਰਥ ਹੁੰਦਾ ਨਾ ਭਿੱਜਣ ਵਾਲਾ, ਬਾਣੀ ਪੜ੍ਹਦਾ ਪਰ ਭਿੱਜਦਾ ਨਹੀਂ, ਅਭਿਓ ਬਿਨਾਂ ਭਿੱਜਣ ਵਾਲਾ, ਜਿਹਦੇ ਤੇ ਕਿਸੇ ਚੰਗੇ ਸ੍ਰੇਸ਼ਟ ਕਿਸਮ ਦੇ ਖਿਆਲਾਂ ਦਾ ਕੋਈ ਅਸਰ ਨਾ ਹੋਵੇ। ਚੁੱਕੇ ਕਹੀ ਨਾ ਉਪਜੈ ਉਪ
समझाओ अभय हो गए अंदर पैदा नहीं होती तो जेड़ी चीज सामने दिसदी है बस उसे सब कुछ समझ जाए जो गुरु समझाता है वो अंदर बैठता नहीं तो जो कुछ इन सामने दिसदा संसार उसे सब कुछ समझता है भाव अभाव बेहूना चंगे मंदे की भले बुरे की भी उसमें कोई पछाण नहीं रही कि मेरा भविख मेरी जीवनी यात्रा किस तरह सफल होगी मैनू अपनी मंजिल किवें मिलेगी इस संसार विच चंगा की है मंदा की है कह लगे भाव अभाव बेहूना जिस दिन उदय अस्त दी मन बुद्ध नासी खत्म हो जाएगी तो सदा सहज लीला उदय अस्त की है कुछ पैदा हो गया खत्म हो गया उदय के दिन चढ़ रहे प्रगट हो आ सूरज ये चढ़ रहा आप कहने सूरज उदय हुआ है जिसने शाम पै गया खत्म हो जाए कहने सूरज अस्त हो गया अस्त का अर्थ होंगे खत्म होना उदय का अर्थ होंगे पैदा होना प्रगट होना मन बुद्धि जी उदय अस्त में लगी हुई है जे कुछ उदय हो जाए मिल जाए प्रगट हो जाए तो बड़ा खुश है जे कुछ अस्त हो जाए खत्म हो जाए तो बड़ा दुख है कह लगे नहीं उदय अस्त की मन बुद्ध नासी मन ते बुद्धि उदय अस्त में कढ़ ले कुछ गिर गया क्योंकि इसलिए गुरु ने बाणी विचार दिता मरण जीवन जो सम कर जाने सो मेरे मन भाएगा मरण की है अस्त ते जन्म की है जीवन की है उदय पैदा होने ते गुरु ने आखता मरण जीवन जो सम कर जाने इसलिए गुरु गुरु अर्जुन पातशाह जी ने आख्या तैसा स्वर्ण तैसी उस माटी तैसा अमृत तैसी रुखा की तैसा मान तैसा अमान जिथे ना किसी आए की खुशी ना किसी गए का काम सहजे होता जाए सो हो बस कह लगे उदय अस्त की मन का ध्यान सी वह सहज में समा जाएगा जे तू उदय अस्त विचों निकल जाएगा कह लगे फिर की होएगा जो प्रतिबिंब बिंब तो भी है उदक कुंभ बिगराना उदक कुंभ कहते हैं घड़े दे भरे हुए पानी दे भरे हुए घड़े उदक कुंभ कुंभ कहते ने घड़े उदक कहते ने पानी क्योंकि शब्दावली भी अपन नाल याद कर मुड़ के भी किसी वेले अपने सामने जब यह गुरबाणी के शब्द आऊ कोई होर शब्द तुम पता हो अर्थ की कुंभ का अर्थ होंगे घड़ा अज तो जो डेरिया वाले लोग अखंड भर रखते हैं उदो पानी का घड़ा भर के कोल रखते कुंभ रखे कुंभ का अर्थ है घड़ा उदक का अर्थ है पानी उदक कुंभ का मतलब है पानी का भरिया हुआ घड़ा पानी के भरे हुए घड़े जे इन निगाह मारो तुहानू अपना प्रतिबिंब इन प्रतिबिंब कहते हैं बिंब प्रतिबिंब तुहाडा अपना बिंब प्रतिबिंब बन जाता है तुहाडा चेहरे का इमेज उहदे विच आ जाता है चेहरे की फोटो उनके विच आ जाती भरे भरिया हो कुंभ घड़ा पानी का ते उनके विच तुसी देखो तुसी देखोगे एक दर्शन सिंह अंदर भी बैठा है घड़े विच मेरा बाहर नहीं अंदर भी है दो हो गए बिंब का प्रतिबिंब बन गया पर जे उदक कुंभ बिगराना बिगराना का मतलब टुट जाना खत्म हो जाना बिगड़ जाना जे पानी का घड़ा भरिया होया जिहड़ा है वह टुट जाए टुट जाए भला बार ना दर्शन सिंह तो है अंदर ना कितने गया पाओ वो तो उस बिंब समा गया हूँ प्रतिबिंब नहीं रहा उन्हें पैदा होया
ਸਾਹਮਣੇ ਉਹ ਵੀ ਤਾਂ ਸੀ ਜਿੰਨੀ ਦੇਰ ਘੜੇ ਵਿੱਚ ਪਾਣੀ ਸੀ। ਕਹਿਣ ਲੱਗੇ ਮੇਰਾ ਰੱਬ ਹੈ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਸਭ ਮੈਂ ਜੋਤ ਜੋਤ ਹੈ ਸੋਏ। ਉਹ ਜੋਤ ਰੂਪ ਪਰਮਾਤਮਾ ਸੰਸਾਰ ਦੇ ਇਸ ਭਰੇ ਹੋਏ ਘੜੇ ਵਿੱਚ ਤੇਰਾ ਇੱਕ ਪ੍ਰਤਿਬਿੰਬ ਬਣਿਆ ਹੋਇਆ ਹੈ, ਤੇ ਜਿਸ ਦਿਨ ਇਹ ਘੜਾ ਟੁੱਟ ਗਿਆ ਉਸ ਦਿਨ ਪ੍ਰਤੀਬਿੰਬ ਨੇ ਬਿੰਬ ਵਿੱਚ ਸਮਾ ਜਾਣਾ ਹੈ। ਤੈਨੂੰ ਵੱਖਰੇ ਪਣ ਦੀ ਡਰਨ ਦੀ ਲੋੜ ਹੀ ਕੋਈ ਨਹੀਂ, ਪਰ ਤੂੰ ਸੁਣ, ਮਨ ਲੁਕੇ ਹੋ ਜਾ, ਤੂੰ ਆਪਣੀ ਅਫੁੱਲ ਅਵਸਥਾ ਨੂੰ ਛੱਡ ਦੇ, ਫਿਰ ਤੂੰ ਸੁਣ ਵਿੱਚ ਸਮਾ ਜਾਏਗਾ। ਆਖਰੀ ਲੈਣ ਅੰਦਰ ਬਾਬਾ ਕਬੀਰ ਜੀ ਨੇ ਆਖਿਆ ਹੈ, ਜੋ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਜੋ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਵਿਗਰਾਨਾ, ਉਦਕ ਕਹਿੰਦਾ ਜੇ ਤੇਰੇ ਵਿੱਚ ਇਹ ਗੁਣ ਆ ਜਾਏ ਤੇ ਭਰਮ ਭੱਜ ਜਾਏਗਾ, ਭਰਮ ਟੁੱਟ ਜਾਏਗਾ, ਤੈਨੂੰ ਪਤਾ ਲੱਗ ਜਾਏਗਾ। ਤਾਂ ਉਹ ਮਨ ਸੁਣ ਸਮਾਨਾ ਜਿਹੜਾ ਮਨ ਹੈ ਹੁਣ ਉਹ ਜਨਮ ਮਰਨ ਵਿੱਚ ਨਹੀਂ, ਉਹ ਅਡੰਬਰਾਂ ਵਿੱਚ ਨਹੀਂ, ਬਲਕਿ ਅਰ ਮਨ ਕਵੀ ਸੀ ਅਰ ਮਨ ਸੁਣ ਨਾ ਲੁਕੇ, ਹੁਣ ਹੈ ਤਾਂ ਉਹ ਮਨ ਸੁਣ ਸਮਾਨਾ ਉਸ ਅਕਾਲ ਪੁਰਖ ਵਿੱਚ ਜਿਹੜਾ ਨਿਰਗੁਣ ਸਰੂਪ ਹੈ, ਸੁਣ ਸਰੂਪ ਹੈ, ਜਿੱਥੇ ਫੁਰਨਾ ਕੋਈ ਨਹੀਂ, ਜਿੱਥੇ ਕਿਸੇ ਕਿਸਮ ਦੀ ਕੋਈ ਲਾਲਸਾ ਨਹੀਂ, ਉਹਦੇ ਵਿੱਚ ਅਭੇਦ ਹੋ ਜਾਏਗਾ। ਕਹਿਣ ਲੱਗੇ ਕਹੋ ਕਬੀਰ ਐਸਾ ਗੁਣ ਪਰਮ ਭਾਗਾ, ਤਉ ਮਨ ਸੁਣ ਸਮਾਨਾ, ਜਨਮ ਮਰਨ ਹੀ ਸੰਸਾਰ ਅੰਦਰ ਸਾਰੇ ਦੁੱਖਾਂ ਦੀ ਭੈ ਦੀ ਖੰਡ ਬਣਿਆ ਹੋਇਆ। ਜਨਮ ਲਈ ਜੀਵਨ ਲਈ ਕੁਛ ਚਾਹੀਦਾ ਹੈ, ਉਹ ਹੀ ਸਾਰੀ ਜ਼ਿੰਦਗੀ ਦਾ ਭੈ ਹੈ, ਉਹ ਹੀ ਮੌਤ ਤੱਕ ਪੁੱਜ ਜਾਂਦਾ ਹੈ। ਕਹਿਣ ਲੱਗੇ ਜੇ ਤੈਨੂੰ ਸੁਣ ਅਵਸਥਾ ਵਿੱਚ ਆ ਕੇ ਇੱਕ ਗੱਲ ਦਾ ਪਤਾ ਲੱਗ ਜਾਏ ਕਿ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਇਹ ਤਾਂ ਮੰਨੋ ਪਾਣੀ ਦਾ ਘੜਾ ਹੈ, ਉਹਦੇ ਵਿੱਚ ਕੁਝ ਦਿਸ ਰਿਹਾ ਹੈ ਉਹਦਾ ਪ੍ਰਤੀਬਿੰਬ ਜਿਹੜਾ ਸਾਹਮਣੇ ਉਸ ਘੜੇ ਦਿਖਦਾ ਹੈ। ਜਿਸ ਦਿਨ ਘੜਾ ਟੁੱਟਿਆ ਉਸ ਘੜੇ ਦਾ ਜਿਹੜਾ ਪ੍ਰਤੀਬਿੰਬ ਹੈ ਨਾ, ਉਹ ਬਿੰਬ ਵਿੱਚ ਮਿਲ ਜਾਣਾ ਹੈ। ਇਸ ਲਈ ਕਿਉਂ ਡਰਨਾ ਹੈ, ਕਿਉਂ ਮੌਤ ਨੂੰ ਇੱਕ ਭਰਮ ਬਣਾ ਕੇ ਦਿਨ ਰਾਤ ਪਰੇਸ਼ਾਨ ਹੋ ਰਹੇ? ਇਹ ਸਮਝ ਲੈ ਕਿ ਮੌਤ ਕੀ ਹੈ, ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ, ਜਿਵੇਂ ਘੜਾ ਟੁੱਟਣ ਨਾਲ ਪ੍ਰਤੀਬਿੰਬ ਜਿਹੜਾ ਬਣਿਆ ਹੈ ਘੜੇ ਵਿੱਚ, ਉਹ ਮੁੜ ਬਿੰਬ ਵਿੱਚ ਮਿਲ ਗਿਆ, ਉਹ ਵੱਖਰਾ ਨਹੀਂ ਰਿਹਾ। ਐਸੀ ਗੁਰੂ ਨੇ ਬਖਸ਼ਿਸ਼ ਕਰਕੇ ਸਿੱਖਿਆ ਦਿੱਤੀ, ਇੱਕ ਭੇਦ ਮਿਟਾਇਆ, ਭਰਮ ਮਿਟਾਇਆ। ਇਹਨਾਂ ਲਫਜ਼ਾਂ ਨਾਲ ਕਿ ਮਾਤਾ ਜਾ ਚੁੱਕਾ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।